ਜੀ ਕੀ ਹਾਲ ਚਾਲ ਨੇ ਬਾਈ ਤੁਹਾਡੇ ਸਾਰਿਆਂ ਦੇ, ਇੱਕ ਵਾਰ ਫਿਰ ਤੋਂ ਵੈਲਕਮ ਵੀਰੇ ਤੁਹਾਡਾ ਫਾਰਮੀ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਾਬੇ 3630 ਆਪਾਂ ਨੇ ਖੇਤ ਦੇ ਵਿੱਚ ਚੈੱਕ ਕੀਤਾ ਸੀਗਾ ਵਾ ਕੇ, ਹੈ ਨਾ। ਅਤੇ ਬਹੁਤ ਬੰਦਿਆਂ ਦੀ ਕਮੈਂਟ ਆ ਰਹੀ ਸੀਗੀ ਕਿ ਆਪਾਂ ਯਾਰ 3630 ਨੂੰ ਥੋੜ੍ਹਾ ਜਿਹਾ ਬੰਪਰ ਬੰਪਰ ਲਵਾ ਕੇ ਲਿਆਈਏ ਅਤੇ ਡੈੱਕ ਡੁੱਕ ਲਵਾ ਕੇ ਲਿਆਈਏ, ਅੱਜ ਆਪਾਂ ਉਹ ਵੀ ਕਰਦੇ ਹਾਂ, ਠੀਕ ਹੈ ਜੀ। ਅਤੇ ਆਪਾਂ ਬਾਬੇ ਤੁਹਾਨੂੰ ਪਤਾ ਹੈ ਕਿ ਆਪਾਂ ਬੇਲਰ ਵੀ ਲੈ ਕੇ ਆਉਣਾ, ਕਿਉਂਕਿ ਆਪਾਂ ਨੇ ਉਹਦੀਆਂ ਗੱਦੀਆਂ ਜੀ ਬਣਾਉਣੀਆਂ ਨੇ ਤੂੜੀ ਦੀਆਂ, ਠੀਕ ਹੈ ਜੀ, ਤਾਂ ਜੋ ਆਪਾਂ ਸਟੋਰ ਕਰ ਸਕੀਏ ਆਪਣੇ ਫਾਰਮ ਦੇ ਵਿੱਚ। ਅਤੇ ਬਾਅਦ 'ਚ ਆਪਾਂ ਮੈਸਾਂ ਮੁੱਸਾਂ ਵੀ ਰੱਖਾਂਗੇ, ਠੀਕ ਹੈ ਨਹੀਂ, ਗਾਵਾਂ ਗੁਵਾਂ ਰੱਖਾਂਗੇ, ਮੱਝਾਂ ਮੁੱਝਾਂ। ਅਤੇ ਮੁੰਡੇ ਬਸ ਜੀਪ ਖੜਾਉਂਦੇ ਆਪਾਂ ਇੱਥੇ, ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਆਪਾਂ ਆਪਣਾ ਲੇ ਬੇਲਰ, ਕਿਉਂਕਿ ਬੇਲਰ ਸ਼ੋਪ 'ਤੇ ਲੈ ਕੇ ਖੜਾ ਰੱਖਿਆ ਆਪਾਂ ਨੇ, ਬਸ ਆਪਾਂ ਨੇ ਲੈ ਕੇ ਹੀ ਆਉਣਾ ਉਹ, ਠੀਕ ਹੈ ਮੁੰਡਿਓ। ਅਤੇ ਆਪਾਂ ਕਿਹੜੇ ਟਰੈਕਟਰ ਨਾਲ ਲੈ ਕੇ ਆਈਏ, ਕੰਮ ਕਰਦੇ ਜੌਂਡੀਅਰ ਲੈ ਚੱਲਦੇ ਹਾਂ, ਹੈ ਨਾ, ਜੌਂਡੀਅਰ ਲੈ ਚੱਲਦੇ, ਜੌਂਡੀਅਰ ਲੈ ਚੱਲਦੇ, ਕਿੱਥੇ ਖੜੇ ਜੌਂਡੀਅਰ, ਜੌਂਡੀਅਰ ਆਹ ਖੜਿਆ ਮੁੰਡਿਓ, ਲਓ ਮੁੰਡਿਓ ਜੀਪ ਨੂੰ ਲਾਈਏ ਇੱਥੇ, ਚੱਲ ਬਈ ਆ ਰਹੀ ਇਹਦੀ ਜੌਂਡੀਅਰ ਦੀ ਸਲ। ਯਾਰ ਟਰੈਲੀ ਆਪਾਂ ਉਹਨੂੰ ਕੱਢ ਕੇ ਸੈੱਟ ਕਰਕੇ ਕੰਮ ਕਰਦੇ, ਉੱਥੇ ਬੈਕ ਕਰ ਦਿੰਦੇ ਥੋੜ੍ਹੀ ਜਿਹੀ, ਕੀ ਕਹਿੰਦੇ ਹੋ, ਇੱਥੇ ਲਾ ਦਿੰਦੇ ਇਹਨੂੰ, ਚੱਲ ਬਈ ਲਓ ਜੀ ਮੁੰਡਿਓ, ਚੱਲੀਏ ਆਪਾਂ ਸ਼ੌਪ ਵੱਲ ਨੂੰ ਅਤੇ ਲਿਆਈਏ ਬੇਲਰ ਜੋੜ ਕੇ, ਅਤੇ ਚੌਂਡੀਅਰ ਨਾਲ ਬਣਾਉਣ ਲੱਗਦੇ ਹਾਂ ਤੂੜੀ ਤਾੜੀ ਆਪਣੀ, ਸਾਂਭਦੇ ਹਾਂ, ਠੀਕ ਹੈ ਕਿ ਨਹੀਂ। ਅਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਨਿਊ ਹੋਲੈਂਡ ਦੇ ਬੰਪਰ ਲਵਾਉਣ, ਕਿਉਂਕਿ ਬਹੁਤ ਡਿਮਾਂਡ ਆ ਰਹੀ ਸੀਗੀ। ਅਤੇ ਤੁਸੀਂ ਮੁੰਡਿਓ ਕਮੈਂਟਾਂ 'ਚ ਜ਼ਰੂਰ ਦੱਸੋ ਕਿ ਕਿਹੜਾ ਬੰਪਰ ਲਵਾਈਏ। ਹਾਂਜੀ ਮੁੰਡਿਓ, ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਬੰਪਰ ਆਪਾਂ ਕਿੱਦਾਂ ਦਾ ਲਵਾਈਏ। ਵੈਸੇ ਮੇਰੀ ਸਲਾਹ ਹੈਗੀ ਹੈ ਬੰਪਰ ਲਵਾਉਣ ਦੀ, ਜਿਹੜਾ ਲੌਂਗ ਬੰਪਰ ਨਹੀਂ ਹੁੰਦਾ, ਜਿਹੜਾ 3630 'ਤੇ ਲੱਗਦੇ ਨੇ, ਅੱਜਕੱਲ੍ਹ ਸੋਹਣੇ ਲੱਗਦੇ ਨੇ ਉਹ। ਪਰ ਚਲੋ ਕੋਈ ਨਹੀਂ, ਆਪਾਂ ਇੱਕ ਵਾਰੀ ਸ਼ੋਟ ਲਵਾ ਕੇ ਲਿਆਵਾਂਗੇ, ਜੇ ਤੁਹਾਡਾ ਜੀ ਕਰਿਆ ਤਾਂ ਉਹ ਆਪਾਂ ਲੌਂਗ ਲਵਾ ਲਵਾਂਗੇ, ਠੀਕ ਹੈ ਜੀ। ਅਤੇ ਰਹੀ ਗੱਲ ਮੁੰਡਿਓ ਆਹ ਵਾਣ ਦੀ, ਆਹ ਵਾਣ ਆਪਣਾ ਹੀ ਹੈ ਮੁੰਡਿਓ, ਜਿਹੜਾ ਡੂੰਗਾ ਜਿਹਾ ਵਾਣ, ਇਹ 'ਚ ਆਪਣੇ ਕੋਈ ਫਸਲ ਫੁਸਲ ਵਾਲੀ ਬੀਜੀ ਨਹੀਂ ਹੈਗੀ, ਇਹ 'ਚ ਵੀ ਵੇਚਾਂਗੇ ਆਪਾਂ, ਹੈ ਨਾ। ਆਹ ਖੜਿਆ ਮੁੰਡਿਆ ਆਪਣਾ ਬੇਲਰ, ਓਏ ਓਏ ਲਓ ਜੀ ਪਿੰਡ ਦਾ, ਕਹਿੰਦੇ ਆਪਣੇ ਬੇਲਰ ਲੈ ਲਿਆ ਮੁੰਡਿਓ, ਦੇਖਦੇ ਹਾਂ ਇਹ ਕਿੰਨੀ ਕੁ ਸਪੀਡ 'ਚ ਬਣਾਉਂਦਾ ਚਾਹੁੰਦੀ। ਓਏ ਕਿੱਧਰ ਜਾਈ ਜਾਂਦਾ ਬਾਈ, ਇਹਦੇ ਬੀਕਨ ਚਲਾਈਏ। ਓਹੋ ਹੋ ਹੋ ਮੁੰਡਿਓ, ਕਹਿੰਦੇ ਟਰੈਕਟਰ ਦੇ ਵੀ ਬੀਕਨ ਲਾ ਰੱਖੇ ਨੇ, ਕਹਿੰਦੇ ਬੇਲਰ ਦੇ ਵੀ ਬੀਕਨ ਲਾ ਰੱਖੇ ਨੇ, 5911 ਦੀ ਕਹਿੰਦੇ ਆਪਾਂ ਨੰਬਰ ਪਲੇਟ ਲਵਾ ਰੱਖੀਏ ਮੁੰਡਿਓ। ਅਤੇ ਚੱਲਦੇ ਹਾਂ ਮੁੰਡਿਓ ਲੈ ਕੇ ਇਹਨੂੰ ਆਪਣੇ ਫਾਰਮ 'ਤੇ, ਅਤੇ ਦੇਖਦੇ ਇਹਨੂੰ ਚਲਾ ਕੇ ਕਰਦੇ ਹਾਂ ਜੌਂਡੀਅਰ ਦਾ ਜ਼ੋਰ ਚੈੱਕ। ਚੱਲ ਬਈ ਇੱਥੇ ਨੂੰ ਚੜਾ ਦਈਏ, ਇੱਥੇ ਨੂੰ ਚੜਾ ਕੇ ਦੇਖਦੇ ਫਿਰ। ਲਓ ਮੁੰਡਿਓ ਓਏ ਹੋਏ ਫਸਾ ਲਿਆ ਮੈਂ, ਲੱਗਦਾ ਆਪਾਂ ਨੇ ਕਰ ਲਿਆ ਆਪਾਂ ਨੇ ਉਹੀ ਕੰਮ, ਬੈਕ ਹੋ ਜੂਗਾ, ਹੋ ਗਿਆ ਹੋ ਗਿਆ ਬੈਕ ਹੋ ਗਿਆ ਮੁੰਡਿਓ, ਬੱਟੇ ਬਾੜੀ ਉੱਚੀ ਇਹ, ਢੇਰ ਵੜ ਕੱਢਣਾ ਪੈਣਾ। ਆ ਜਾ ਹੁਣ ਵੀ ਤਾਂ ਆਇਆ, ਲਓ ਮੁੰਡਿਓ ਓਹੋ ਹੋ ਹੋ ਆਪਣਾ ਤਾਂ ਕਟਰ ਵੀ ਇੱਥੇ ਹੀ ਪਿਆ, ਆਪਣਾ ਤਾਂ ਸਾਂਭਿਆ ਹੀ ਕੁਛ ਨਹੀਂ। ਚਲੋ ਕੋਈ ਨਹੀਂ ਮੁੰਡਿਓ, ਇੱਕ ਮਿੰਟ ਇਹਨੂੰ ਅਨਫੋਲਡ ਕਰ ਲਈਏ ਆਪਾਂ, ਹੈ ਨਾ, ਇੱਕ ਵਾਰ ਫਿਰ ਉਹਨੂੰ ਚਲਾ ਕੇ ਦੇਖਦੇ ਹਾਂ ਕਿੱਦਾਂ ਚੱਲਦਾ ਇਹ, ਉੱਚੇ ਕਰ ਲਈਏ ਇਹਨੂੰ। ਓਹੋ ਹੋ ਹੋ ਮੁੰਡੇ ਚੌਂਟੀ ਉਹ ਤਾਂ ਦੱਬਦਾ ਹੀ ਨਹੀਂ, ਕਹਿੰਦੇ ਓਹੋ ਹੋ ਹੋ ਇਹ ਤਾਂ ਬਹੁਤ ਸਪੀਡ 'ਚ ਜਾਈ ਜਾਂਦਾ, ਕਹਿੰਦੇ ਚੋ ਬਰੋ ਕਰੋ ਚੈੱਕ ਮੁੰਡਿਓ ਆਪਣਾ ਬੇਲਰ, ਬਣਾਈ ਵੀ ਜਾਂਦਾ ਕਿ ਨਹੀਂ, ਚੱਕੀ ਤਾਂ ਜਾਂਦਾ, ਓਹੋ ਬਣਾਈ ਜਾਂਦਾ ਬਣਾਈ ਜਾਂਦਾ ਆਪਣੀ ਇੱਕ ਬੇਲ। ਆਪਾਂ ਬਸ ਮਾੜਾ ਜਿਹਾ ਟਰਾਈ ਕਰਕੇ ਦੇਖ ਲਈਏ ਇੱਕ ਵਾਰੀ, ਫਿਰ ਆਪਾਂ ਬਣਾਉਂਦੇ ਹਾਂ ਬੇਲਾਂ ਬੁੱਲਾਂ, ਅਤੇ ਨਿਊ ਹੋਰਨ ਨੂੰ ਖੜਾ ਕੇ ਆਉਂਦੇ ਉੱਥੇ ਆਪਣੀ ਵਰਕਸ਼ਾਪ 'ਤੇ, ਅਤੇ ਉੱਥੋਂ ਲਿਆਉਂਦੇ ਹਾਂ ਉਹਦੇ ਬੰਪਰ ਲਵਾ ਕੇ ਅੱਜ।
ਅਤੇ ਅੱਜ ਦੀ ਵੀਡੀਓ ਦੇ ਵਿੱਚ ਹੀ ਬੰਪਰ ਲਵਾ ਲੈਣਾ ਆਪਾਂ ਨੇ, ਬਸ ਜਾਣਾ ਹੈ, ਬਸ ਜਾ ਕੇ ਬੰਪਰ ਹੀ ਲਵਾ ਕੇ ਲਿਆਉਣਾ, ਬਸ ਆਪਣਾ ਜ਼ਿਆਦਾ ਕੰਮ ਨਹੀਂ ਹੈਗਾ, 50 ਮਿੰਟਾਂ 'ਚ ਕਰ ਦੂਗਾ। ਕਰੋ ਚੈੱਕ ਚੋਬਰੋ, ਲਾ ਮਤਲਬ ਕਹਿੰਦੇ ਇੰਡੀਅਨ ਟਰੈਕਟਰ ਅਤੇ ਬੇਲਰ ਕਿਹੜਾ ਬਾਹਰਲਾ, ਬਾਹਰਲੀ ਟੈਕਨੋਲੋਜੀ ਲਾ ਮੁੰਡੇ ਹੋ ਕੰਮ ਕਰਦੇ, ਇਹਨੂੰ ਇੱਥੇ ਹੀ ਛੱਡ ਦਿੰਦੇ ਹਾਂ, ਬੇਲਾਂ ਬੁੱਲਾਂ ਬਣਾਉਂਦੇ ਹਾਂ ਬਾਅਦ 'ਚ ਆ ਕੇ, ਕਿਉਂਕਿ ਡਰਾਈਵਰ ਨੇ ਤਾਂ ਬਣਾਉਣੀ ਹੀ ਨਹੀਂ ਆਪਣੇ ਨੇ। ਅਤੇ ਆਪਾਂ ਚੱਲਦੇ ਹਾਂ ਭੱਜ ਕੇ ਜਾ ਕੇ ਨਿਊ ਹੋਲੈਂਡ 'ਤੇ, ਠੀਕ ਹੈ ਜੀ। ਲਾ ਮੁੰਡੇ ਹੋ ਨਿਊ ਹੋਲੈਂਡ 'ਤੇ ਆਪਾਂ ਆ ਚੁੱਕੇ ਹਾਂ ਜੀ, ਅਤੇ ਮਾਰੀਏ ਸਲਫ, ਚੱਲ ਬਈ ਘਰ ਬੈਗ ਚੋਪਰਾ, ਗੰਦਾ ਵੀ ਬਾਹਲਾ ਹੋ ਗਿਆ ਯਾਰ, ਧੋ ਧੋ ਕੇ ਵੀ ਲਿਆਉਣਾ ਪੈਣਾ ਆਪਾਂ ਨੂੰ ਨਾ। ਆਹ ਵੇਟ ਤਰਾ ਦਾਂਗੇ ਮੁੰਡੇ, ਕਿਉਂਕਿ ਵੇਟ ਦਾ ਮੇਰੇ ਹਿਸਾਬ ਨਾਲ ਆਪਾਂ ਨੂੰ ਹਲੇ ਲੋੜ ਨਹੀਂ ਹੈਗੀ, ਜੇ ਕਦੇ ਲੋਡ ਪਊਗੀ ਵੇਟ ਵੂਟ ਫਿਰ ਤਰਾ ਲਵਾਂਗੇ, ਹੈ ਨਾ। ਫਿਲਹਾਲ ਲਈ ਆਪਾਂ ਚੱਲਦੇ ਹਾਂ ਇਹਨੂੰ ਬੰਪਰ ਲਵਾਉਣ ਦੇ 'ਤੇ, ਓਏ ਹੋਏ ਚਲੋ ਮੁੰਡੇ ਹੋ ਚੱਲੀਏ ਵਰਕਸ਼ਾਪ ਨੂੰ। ਲਓ ਮੁੰਡੇ ਹੋ ਆਪਾਂ ਪਹੁੰਚ ਚੁੱਕੇ ਹਾਂ ਜੀ ਆਪਣੀ ਵਰਕਸ਼ਾਪ 'ਤੇ, ਅਤੇ ਇਹਨੂੰ ਕਰੀਏ ਅੰਦਰ, ਚੱਲ ਬਈ ਅਤੇ ਇਹਨੂੰ ਕਰਾਈਏ ਆਪਾਂ ਪਹਿਲਾਂ ਤਾਂ ਮੋਡੀਫਾਈ, ਖੜ੍ਹ ਜਾਵੇ ਚੜ੍ਹਾਈ ਮੁੰਡਿਆ। ਲਓ ਮੁੰਡੇ ਨੂੰ ਖੜਾ ਦਿੰਦੇ ਅਤੇ ਇੱਥੇ ਆਪਾਂ 5 ਮਿੰਟ ਵੇਟ ਕਰ ਲੈਂਦੇ ਹਾਂ, ਬੰਪਰ ਪੰਪਰ ਲਾ ਦੇਣਗੇ ਉਨ੍ਹਾਂ ਟਾਈਮ 'ਚ, ਠੀਕ ਹੈ ਜੀ। ਆਪਾਂ ਇੱਥੇ ਬਹਿ ਜਾਂਦੇ ਹਾਂ। ਲਓ ਮੁੰਡੇ ਆਪਾਂ ਵੇਟ ਕਰ ਰਹੇ ਸੀਗੇ ਅਤੇ ਇਹਨਾਂ ਨੇ ਲਾ ਤਾ ਜੀ ਆਪਣੀ ਟਰੈਕਟਰ 'ਤੇ ਬੰਪਰ, ਅਤੇ ਮੈਂ ਤੁਹਾਨੂੰ ਬਾਹਰ ਕੱਢ ਕੇ ਦਿਖਾਉਣਾ, ਕਰੀਏ ਸਟਾਰਟ ਆਪਾਂ ਇਹਨੂੰ, ਚੱਲ ਵੀ ਝੋਟੇ ਆ ਜਾ। ਬਾ ਕਰਿਓ ਚੈੱਕ ਮੁੰਡੇ ਬੰਪਰ, ਅਤੇ ਦੱਸਿਓ ਕਿੱਦਾਂ ਦਾ ਲੱਗਿਆ ਤੁਹਾਨੂੰ ਬੰਪਰ ਆਪਣਾ ਜਿਹੜਾ ਆਪਣਾ ਹੁਣ ਲਵਾਇਆ ਇਹਦੇ ਵਿੱਚ। ਚੱਲ ਵੀ ਚੱਲ ਬੈਕ ਹੀ ਕੱਢ ਲਿਆਉਂਦੇ ਹਾਂ ਮੁੰਡਿਆ। ਓਏ ਓਏ ਗੇਟ ਦਾ ਇੱਧਰ ਰਹਿ ਗਿਆ। ਲਓ ਮੁੰਡੇ ਲਓ, ਬਸ ਆਪਾਂ ਹੁਣ ਇੱਥੋਂ ਤੁਹਾਨੂੰ ਦਿਖਾਉਣਾ ਬੰਪਰ ਇਹਦਾ। ਇੱਕ ਤਾਂ ਨਾ ਯਾਰ ਇਹਨੇ ਵਰਕਸ਼ਾਪ ਦਾ ਗੇਟ ਹੀ ਬਾਹਲਾ ਕੁੱਤਾ ਜਿਹਾ ਰੱਖ ਰੱਖਿਆ। ਕਰੋ ਚੈੱਕ ਮੁੰਡੇ ਬੰਪਰ, ਠੀਕ ਹੈ ਜੀ। ਗੰਦਾ ਹੋਇਆ ਪਿਆ ਕਿਉਂਕਿ ਆਪਣਾ ਟਰੈਕਟਰ ਵੀ ਬਾਹਲਾ ਗੰਦਾ ਹੋਇਆ ਪਿਆ ਸੀਗਾ, ਮਿੱਟੀ ਮੁੱਟੀ ਇਹਨਾਂ ਤੋਂ ਲੱਗ ਗਈ। ਪਹਿਲਾਂ ਜਾ ਕੇ ਆਪਾਂ ਇਹਨੂੰ ਟਰੈਕਟਰ ਨੂੰ ਘਰ ਕੋਠੀ 'ਚ ਜਾ ਕੇ ਨਾ ਧੋਂਦੇ ਹਾਂ ਯਾਰ, ਧੋ ਧੋ ਕੇ ਖੜਾਉਂਦੇ ਹਾਂ। ਅਤੇ ਡੈੱਕ ਦੱਸੋ ਮੁੰਡੇ ਕਿੱਦਾਂ ਦੀ ਲਵਾਈਏ ਆਪਾਂ ਇਹਦੇ ਉੱਪਰ, ਠੀਕ ਹੈ ਜੀ। ਫਿਰ ਆਪਾਂ ਡੈੱਕ ਵੀ ਲਵਾ ਕੇ ਲਿਆਵਾਂਗੇ ਅਗਲੀ ਵਾਰੀ ਅਗਲੀ ਵੀਡੀਓ ਦੇ ਵਿੱਚ। ਅਤੇ ਚੱਲਦੇ ਹਾਂ ਮੁੰਡੇ ਆਪਾਂ ਕੋਠੀ ਨੂੰ ਹੁਣ। ਲਓ ਮੁੰਡੇ ਕੋਠੀ ਆਪਾਂ ਪਹੁੰਚ ਚੁੱਕੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਧੋਈਏ ਆਪਣੇ ਟਰੈਕਟਰ ਨੂੰ, ਤੁਹਾਨੂੰ ਧੋ ਕੇ ਦਿਖਾਉਣਾ ਹੈ ਬੰਪਰ, ਫਿਰ ਸਾਫ਼ ਜਿਹਾ ਲੱਗੂਗਾ ਨਾ। ਇੱਕ ਮਿੰਟ ਇਹਨੂੰ ਇੱਥੇ ਖੜਾਉਂਦੇ ਹਾਂ, ਆ ਜਾ ਬਈ ਪਹਿਲਾਂ ਇਹਨੂੰ ਧੋਨੇ ਹਾਂ ਯਾਰ, ਬਾਹਲਾ ਗੰਦਾ ਹੋਇਆ ਪਿਆ ਟਰੈਕਟਰ ਆਪਣਾ ਮੁੰਡਿਓ, ਕਰੀਏ ਇਹਦੀ ਸਫਾਈ ਸਫੂਈ। ਦੇਖੋ ਮੁੰਡਿਓ ਬੰਪਰ ਹੁਣ ਨਵਾਂ ਨਵਾਂ ਹੋ ਗਿਆ ਨਾ, ਟਰੈਕਟਰ ਵੀ ਆਪਣਾ ਐਨ ਬਿਲਕੁਲ ਚਮਕ ਗਿਆ ਚੋਬਰੋ। ਕਰੋ ਚੈੱਕ ਹੁਣ ਕਰਿਓ ਚੈੱਕ, ਲਓ ਮੁੰਡਿਓ ਕਰੋ ਚੈੱਕ ਹੁਣ, ਹੁਣ ਲੱਗਦਾ ਨਾ ਘੈਂਟ। ਬੰਪਰ ਦੱਸੋ ਚੋਬਰੋ ਕਿਵੇਂ ਦਾ ਲੱਗਿਆ ਤੁਹਾਨੂੰ ਟਰੈਕਟਰ 'ਤੇ, ਜਾਂ ਹੋਰ ਲੰਬਾ ਲਵਾਈਏ, ਹੋਰ ਲੰਬਾ ਬੰਪਰ ਵੀ ਲਵਾ ਸਕਦੇ ਆਪਾਂ, ਇਸ ਤੋਂ ਵੀ ਲੰਬਾ। ਅਤੇ ਤੁਸੀਂ ਦੱਸਿਓ ਮੁੰਡੇ ਇਹੀ ਸਹੀ ਰਹੂਗਾ ਜਾਂ ਹੋਰ ਲੰਬਾ ਬੰਪਰ ਲਵਾਈਏ ਆਪਾਂ, ਠੀਕ ਹੈ ਜੀ। ਨਹੀਂ ਤਾਂ ਫਿਰ ਹੋਰ ਲੰਬਾ ਲਵਾ ਲਿਆ ਮੈਂ, ਕੋਈ ਚੱਕਰ ਵਾਲੀ ਗੱਲ ਨਹੀਂ, ਠੀਕ ਹੈ ਜੀ। ਅਤੇ ਠੀਕ ਹੈ ਮੁੰਡੇ, ਤੁਹਾਨੂੰ ਮਿਲਦੇ ਜੀ ਨੈਕਸਟ ਵੀਡੀਓ ਦੇ ਵਿੱਚ, ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਬੰਪਰ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਐਂਡ ਤੱਕ ਜ਼ਰੂਰ ਦੇਖਿਓ ਬਾਬਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੋਰ ਨਵੀਂ ਨਵੀਂ ਵੀਡੀਓਜ਼ ਲਈ। ਅਤੇ ਬਾਬੇ ਵੀਡੀਓ ਬਣਾਉਣ ਦਾ ਕੁਛ ਕੁ ਦਿਨਾਂ ਤੋਂ ਟਾਈਮ ਨਹੀਂ ਲੱਗ ਰਿਹਾ ਕਿਉਂਕਿ ਆਪਾਂ ਆਪਣੇ ਘਰਾਂ ਦੇ ਕੰਮ 'ਚ ਥੋੜ੍ਹਾ ਜਿਹਾ ਬਿਜ਼ੀ ਸੀਗਾ ਮੈਂ, ਠੀਕ ਹੈ ਜੀ। ਪਰ ਆਪਾਂ ਹੁਣ ਡੇਲੀ ਵੀਡੀਓ ਪਾਇਆ ਕਰਨੀ ਆ, ਸਟਾਰਟ ਕਰ ਦੇਣੀ ਆ, ਠੀਕ ਹੈ ਮੁੰਡੇ। ਅਤੇ ਮਿਲਦੇ ਹਾਂ ਬਾਬਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਓਕੇ ਜੀ।